ਅੱਜ ਦਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਫਤੇ ਦੀ ਸਾਂਝ ਪਾਉ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿ ਤੇ ਇਹ ਤਿੰਨ ਇੱਟਾਂ ਚੋਕੇ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੋਂ ਬਾਹਰ ਰੱਖਦੀ ਤੇਰੇ ਘਰ ਦੁੱਖ ਤਕਲੀਫਾਂ ਆਪੇ ਹੀ ਦੂਰ ਹੋ ਜਾਣਗੀਆਂ ਕਹਿੰਦੇ ਇੱਕ ਵਾਰ ਨਾ ਇੱਕ ਰਾਜਾ ਇੱਕ ਸੰਤ ਫਕੀਰ ਦੇ ਕੋਲ ਜਾਂਦਾ ਜਾ ਕੇ ਕਿਆ ਸੰਤ ਫਕੀਰ ਜੀ ਮੈਂ ਇਹਨਾਂ ਮੈਂ ਤਾਂ ਨੂੰ ਇੱਕ ਗੱਲ ਪੁੱਛਾਂ ਕਹਿੰਦੇ ਹਾਂ ਜੀ ਪੁੱਛੋ ਕਹਿੰਦੇ ਲੋਕਾਂ ਕੋਲ ਤੇ ਚਲੋ ਪੈਸਾ ਨਹੀਂ ਹੋਣਾ ਉਹ ਤਾਂ ਦੁਖੀ ਹੋਣਗੇ ਮੇਰੇ ਕੋਲ ਤਾਂ ਅੰਤਾਂ ਦਾ ਪੈਸਾ ਹੈ ਪਰ ਤਾਂ ਵੀ ਮੈਨੂੰ ਸੁਖ ਪ੍ਰਾਪਤ ਨਹੀਂ ਹੋਇਆ ਦੱਸੋ ਮੈਂ ਕੀ ਕਰਾਂ ਵੀ ਮੈਨੂੰ ਸੁਖ ਮਿਲ ਜੇ ਸੰਤ ਫਕੀਰ ਕਹਿੰਦੇ ਬਸ ਇੰਨੀ ਕੁ ਗੱਲ ਸੁਖ ਚਾਹੀਦਾ ਉਹ ਤਾਂ ਮੈਂ ਤੈਨੂੰ ਕੁਝ ਪਲਾਂ ਦੇ ਵਿੱਚ ਦੇ ਸਕਦਾ ਕਹਿੰਦੇ ਅੱਛਾ ਫਿਰ ਮੈਨੂੰ ਇੱਕ ਹੋਰ ਚੀਜ਼ ਵੀ ਚਾਹੀਦੀ ਸੰਤ ਫਕੀਰ ਕਹਿੰਦੇ ਦੱਸੋ ਮੈਂ ਨਾ ਰੱਬ ਨੂੰ ਵੀ ਮਿਲਣਾ ਚਾਹੁੰਨਾ ਸੰਤ ਫਕੀਰ ਕਹਿੰਦੇ ਇਹ ਕਿੱਡੀ ਕੋ ਗੱਲ ਹੈ ਇਹ ਵੀ ਕੁਝ ਪਲਾਂ ਵਿੱਚ ਹੋ ਜਾਏਗਾ ਕਹਿੰਦੇ ਵੀ ਸੁਖ ਪ੍ਰਾਪਤ ਕਰਨਾ ਤੇ ਰੱਬ ਨੂੰ ਮਿਲਣਾ ਇਹ ਦੁਨੀਆ ਦੇ ਸਭ ਤੋਂ ਔਖੇ ਕੰਮ ਨਹੀਂ ਤੇ ਤੁਸੀਂ ਕਹਿੰਦੇ ਹੋ ਵੀ ਇਹ ਮੈਂ ਤੁਹਾਨੂੰ ਝੱਟ ਜਿਹੜੇ ਹੈ ਕੁਝ ਪਲਾਂ ਦੇ ਵਿੱਚ ਦੇ ਦਾਂਗਾ ਕਹਿੰਦੇ ਫਿਰ ਹੁਣੇ ਦੇ ਦਿਓ ਸੰਤ ਫਕੀਰ ਕਹਿੰਦੇ ਸਵੇਰੇ 7-8 ਵਜੇ ਦੇ ਸਮੇਂ ਤੂੰ ਇੱਥੇ ਆ ਜੀ ਤੈਨੂੰ ਸੁੱਖ ਵੀ ਦੇ ਦਾਂਗੇ ਤੇ ਤੈਨੂੰ ਰੱਬ ਦੇ ਨਾਲ ਮਿਲਾ ਵੀ ਦਵਾਂਗੇ ਦਰਸ਼ਨ ਵੀ ਕਰਾ ਦਾਂਗੇ ਕਹਿੰਦੇ ਠੀਕ ਹੈ ਉਹ ਘਰ ਚਲਾ ਜਾਂਦਾ ਰਾਤ ਸਾਰੇ ਉੱਸਲ ਵਾਟੇ ਲੈਂਦਾ ਰਹਿੰਦਾ ਪਰ ਉਹਨੂੰ ਨੀਂਦ ਨਹੀਂ ਆਉਂਦੀ ਸਵੇਰੇ 6 ਵਜੇ ਹੁੰਦੇ ਨੇ ਤੇ ਆ ਕੇ ਸੰਤ ਫਕੀਰ ਜੀ ਦੇ ਕੋਲ ਖੜ ਜਾਂਦਾ ਆ ਕੇ ਸੰਤ ਫਕੀਰ ਜੀ ਨੂੰ ਕਹਿੰਦਾ ਜੀ ਮੈਂ ਆ ਗਿਆ ਹੁਣ ਮੈਨੂੰ ਸੁੱਖ ਵੀ ਦੇ ਦਿਓ ਤੇ ਰੱਬ ਜੀ ਨਾਲ ਮਿਲਾਪ ਵੀ ਕਰਾ ਦਿਓ ਸੰਤ ਫਕੀਰ ਕਹਿੰਦੇ ਵੀ ਉਹਦੇ ਲਈ ਆਪਾਂ ਨੂੰ ਉਹ ਸਾਹਮਣੇ ਪਹਾੜ ਦਿਸਦਾ ਪਿਆ ਉੱਥੇ ਜਾਣਾ ਕਹਿੰਦਾ ਫਿਰ ਚਲੋ دیر ਘਾਤੋ ਕਰ ਦਿਓ ਸੰਤ ਫਕੀਰ ਕਹਿੰਦੇ ਆ ਦੇਖ ਆ ਜਿਹੜਾ ਝੋਲਾ ਹੈ ਨਾ ਮੇਰਾ ਇਹ ਨਾਲ ਲੈ ਕੇ ਜਾਣਾ ਉਹ ਕਹਿੰਦੇ ਠੀਕ ਹੈ ਕਹਿੰਦੇ ਮੈਨੂੰ ਦੇ ਦਿਓ ਮੈਂ ਸਿਰ ਤੇ ਰੱਖ ਲੈਣਾ ਵਾ ਰਾਜੇ ਨੇ ਜਦੋਂ ਸਿਰ ਤੇ ਰੱਖਿਆ ਤੇ ਉਹ ਪਾਰਾ ਚ ਲੱਗ ਹੁਣ ਰਾਜੇ ਨੇ ਚੁੱਕ ਕੇ ਤੇ ਦੋਨੋਂ ਜਣੇ ਸੰਤ ਅੱਗੇ ਅੱਗੇ ਪਿਛੇ ਰਾਜਾ ਪਹਾੜ ਤੇ ਚੜਨ ਲੱਗੇ ਪਹਾੜ ਦੀ ਚੜਾ ਜਿਹੜੀ ਚੜ੍ਹਾਈ ਸੀ ਉਹ ਬਿਲਕੁਲ ਸਿੱਧੀ ਤੇ ਟੇਢੀ ਮੇਢੀ ਸੀ ਹੁਣ ਸੰਤ ਫਕੀਰ ਦਾ ਤਾਂ ਰੋਸਦਾ ਕੰਮ ਸੀ ਉਹ ਛੇਤੀ ਛੇਤੀ ਅਗਾਹ ਵਧ ਗਏ ਤੇ ਰਾਜਾ ਪੜੀ ਪਿੱਛੇ ਰਹਿ ਗਿਆ ਸੰਤ ਫਕੀਰ ਥੱਲੇ ਉਹਨਾਂ ਨੂੰ ਆਵਾਜ਼ ਦਿੰਦੇ ਨੇ ਲੱਗਦਾ ਹੈ ਤੇਰੇ ਸਿਰ ਤੇ ਭਾਰ ਏ ਜਿਸ ਕਾਰਨ ਤੂੰ ਅੱਗੇ ਨਹੀਂ ਵਧਦਾ ਪਿਆ ਉਹਨਾਂ ਨੂੰ ਕਹਿੰਦੇ ਵੀ ਤੂੰ ਅੱਗੇ ਤੁਰਿਆ ਉਹ ਕਾਗੋ ਰਾਜੇ ਨੇ ਕਿਹਾ ਵੀ ਮੇਰੇ ਸਿਰ ਤੇ ਭਾਰ ਹੈ ਵੀ ਮੈਂ ਤਾਂ ਨਹੀਂ ਅੱਗੇ ਵੱਧ ਸਕਦਾ ਸੰਤ ਫਕੀਰ ਕਹਿੰਦੇ ਅੱਛਾ ਵੀ ਭਾਰ ਕਰਕੇ ਤੂੰ ਅੱਗੇ ਨਹੀਂ ਆ ਸਕਦਾ ਚੱਲ ਰੁਕ ਮੈਂ ਤੇਰੇ ਕੋਲ ਆਉਣਾ ਸੰਤ ਫਕੀਰ ਜਦੋਂ ਕੋਲ ਆਏ ਤੇ ਆ ਕੇ ਜਦੋਂ ਉਹ ਖੋਲਿਆ ਤਾਂ ਉਹਦੇ ਵਿੱਚ ਤਿੰਨ ਇੱਟਾਂ ਸਨ ਰਾਜਾ ਬੜਾ ਹੈਰਾਨ ਹੋਇਆ ਵੀ ਇੱਟਾਂ ਦਾ ਨਾਂ ਲੈ ਕੇ ਜਾਣ ਦਾ ਕੀ ਕੰਮ ਪਰ ਉਹ ਕੁਝ ਨਾ ਬੋਲੇ ਸੰਤ ਫਕੀਰ ਨੇ ਇੱਕ ਇੱਟ ਕੱਢ ਕੇ ਤੇ ਉਸ ਥਾਂ ਦੇ ਉੱਤੇ ਸਿੱਧੀ ਕਰਕੇ ਰੱਖ ਦਿੱਤੀ। ਬਾਕੀ ਦੋ ਇੱਟਾਂ ਬੰਨ ਕੇ ਤੇ ਫੇਰ ਸਿਰ ਤੇ ਰੱਖ ਦਿੱਤੀ। ਹੁਣ ਚੱਲਦੇ ਚੱਲਦੇ ਬੜੀ ਅਗਾ ਆ ਗਏ ਪਰ ਸੰਤ ਫਕੀਰ ਹਜੇ ਵੀ ਵਾਵਾ ਅਗਾ ਸੀ ਤੇ ਜਿਹੜਾ ਉਹ ਰਾਜਾ ਸੀ ਉਹ ਪਿੱਛੇ ਸੀ। ਸੰਤ ਫਕੀਰ ਨੇ ਜਦੋਂ ਪਿੱਛੇ ਤੱਕਿਆ ਤਾਂ ਰਾਜੇ ਦਾ ਮੂੰਹ ਲਾਲ ਹੋਇਆ ਪਿਆ। ਉਹ ਭਾਰ ਝੁਕ ਝੁਕ ਕੇ ਬਿਹਾਲ ਹੋਇਆ ਪਿਆ। ਸੰਤ ਫਕੀਰ ਕਹਿੰਦੇ ਤੇਰੇ ਜਿਹੜਾ ਮੁਸ਼ਕਲ ਆਣਾ ਇਸ ਤੋਂ ਲੱਗਦਾ ਵੀ ਹਜੇ ਵੀ ਭਾਰ ਬੜਾ ਜ਼ਿਆਦਾ ਹੈ ਉਹਦੇ ਵਿੱਚੋਂ ਇੱਕ ਇੱਟ ਹੋਰ ਕੱਢ ਕੇ ਤੇ ਉੱਤੇ ਸਿੱਧੀ ਖੜੀ ਕਰਕੇ ਇੱਕ ਇੱਟ ਉਸੇ ਚੋਲੀ 'ਚ ਪਾ ਕੇ ਤੇ ਉਹਦੇ ਸਿਰ ਤੇ ਰੱਖ ਦਿੱਤੀ ਹੁਣ ਫੇਰ ਤੋਂ ਨਨ ਲੱਗੇ ਤੁਰਦੇ ਤੁਰਦੇ ਨਾ ਉਹ ਰਾਜਾ ਮਨਚ ਸੋਚਦਾ ਹੈ ਵੀ ਜੇ ਸੰਤ ਫਕੀਰ ਦਾ ਇਹ ਦੋ ਇੱਟਾਂ ਬਿਨਾ ਸਾਰ ਸਕਦਾ ਤੇ ਤੀਜੀ ਇੱਟ ਬਿਨਾ ਵੀ ਤੇ ਸਾਰੀ ਸਕਦਾ ਜੇ ਕਿਤੇ ਆਹ ਵੀ ਇੱਟ ਲਵਾ ਕੇ ਥੱਲੇ ਰੱਖ ਦੇਣਾ ਤੇ ਮੈਂ ਸੁਰਖਰੂ ਹੋ ਕੇ ਆਰਾਮ ਨਾਲ ਤੁਰ ਜਾਗਾ ਉੱਥੋਂ ਤੱਕ ਉਹ ਮਨਚ ਐਵੇਂ ਦੇ ਖਿਆਲ ਕਰੀ ਜਾਂਦਾ ਹੈ ਵੀ ਇੱਟਾਂ ਦੇ ਨਾਲ ਕੀ ਕੰਮ ਹੈ ਜੇ ਇੱਟਾਂ ਦੇ ਦੋ ਬਿਨਾ ਸਾਰਦੇ ਤੇ ਤੀਜੀ ਬਿਨਾ ਵੀ ਸਾਰੀ ਜਾਂਦਾ ਹੋਏਗਾ ਇਹ ਸੰਤ ਫਕੀਰ ਕਿਉਂ ਇੱਟਾਂ ਨਾਲ ਲੈ ਕੇ ਜਾਂਦੇ ਨੇ ਮਨਚੇ ਇਹ ਹਜੇ ਸਵਾਲਾਂ ਦੀ ਉਲਝਣ ਚੱਲਦੀ ਪਈ ਸੀ ਉਹ ਸੰਤ ਫਕੀਰ ਪਿੱਛੇ ਮੁੜੇ ਕਹਿੰਦੇ ਤੂੰ ਹਜੇ ਵੀ ਹੋਲੀ ਚੱਲਦਾ ਪਿਆ ਆ ਇਟ ਵੀ ਲਾ ਕੇ ਤੇ ਇੱਥੇ ਰੱਖ ਦੇ ਉਹਨਾਂ ਉੱਥੇ ਰੱਖ ਦਿੱਤੀ ਹੁਣ ਰਾਜਾ ਜਿਵੇਂ ਹੋਲਾ ਜਾ ਹੋ ਗਿਆ ਹੋਵੇ ਤੇ ਤੁਰਦਾ ਤੁਰਦਾ ਉਸ ਜਿਹੜਾ ਪਹਾੜ ਸੀ ਉਹਦੇ ਉੱਤੇ ਜਾ ਕੇ ਇੱਕ ਪੱਥਰ ਦੇ ਉੱਤੇ ਬੈਠ ਕੇ ਲੰਬਾ ਸਰਾ ਸਾਲਿਆ ਕੁਝ ਸਮੇਂ ਬਾਅਦ ਬੋਲਦਾ ਹੈ ਕਿੰਦਾ ਫਿਰ ਰਾਜਾ ਜੀ ਵੀ ਉਹਨਾਂ ਨੂੰ ਰਾਜਾ ਕਹਿੰਦਾ ਸੰਤ ਜੀ ਫਿਰ ਹੁਣ ਮੈਨੂੰ ਤੁਸੀਂ ਸੁਖ ਵੀ ਦੇ ਮੇਰੀ ਝੋਲੀ ਪਾ ਦੋ ਤੇ ਦੂਜਾ ਮੈਨੂੰ ਰੱਬ ਨਾਲ ਵੀ ਮਿਲਾ ਦੋ। ਸੰਤ ਜੀ ਅਗੋ ਹੱਸ ਕੇ ਕਹਿੰਦੇ ਵੀ ਮੈਂ ਤਾਂ ਤੈਨੂੰ ਰਾਹ ਦੇ ਵਿੱਚ ਸੁਖ ਹੀ ਦੇਣ ਦਿਆ ਸੀ ਤੇ ਰੱਬ ਨਾਲ ਹੀ ਮਿਲਾਣ ਦਿਆ ਸੀ ਤੇ ਤੂੰ ਹਜੇ ਤੱਕ ਸਮਝਿਆ ਨਹੀਂ। ਕਹਿੰਦੇ ਜੀ ਕੀ ਨਾ ਤਾਂ ਤੁਸੀਂ ਸੁਖ ਦਿੱਤਾ ਨਾ ਰੱਬ ਨਾਲ ਮਿਲਾਇਆ ਮਿੰਤਾ ਤੁਸੀਂ ਕੁਝ ਨਹੀਂ ਦੱਸਿਆ ਤੇ ਤੁਸੀਂ ਇੱਥੇ ਆ ਕੇ ਕਹਿੰਦੇ ਹੋ ਸੁਖ ਵੀ ਦਿੱਤਾ ਤੇ ਰੱਬ ਨੂੰ ਵੀ ਮਿਲਾਤਾ। ਸੰਤ ਫਕੀਰ ਕਹਿੰਦੇ ਉਹ ਜੋ ਤਿੰਨ ਇੱਟਾਂ ਸਨਾਂ ਉਹੀ ਤਿੰਨ ਇੱਟਾਂ ਸੁੱਖ ਦਾ ਰਾਹ ਤੇ ਰੱਬ ਨੂੰ ਮਿਲੰਦਾਂ ਦਾ ਰਾਹ ਸੀ ਕਹਿੰਦੇ ਕਿਵੇਂ ਕਹਿੰਦੇ ਇਹ ਤਿੰਨ ਇੱਟਾਂ ਜੋ ਵੀ ਮਨੁੱਖ ਆਪਣੇ ਘਰ ਦੇ ਚੁੱਕ ਅੰਦਰੋਂ ਚੁੱਕ ਕੇ ਤੇ ਬਾਹਰ ਮੁੱਖ ਦਰਵਾਜ਼ੇ ਤੋਂ ਬਾਹਰ ਰੱਖ ਦੇਗਾ ਨਾ ਉਹਦਾ ਘਰ ਸੁੱਖ ਤੇ ਸਮ੍ਰiddhi ਨਾਲ ਭਰ ਜਾਏਗਾ ਰਾਜਾ ਕਿੰਦਾ ਹੈ ਮੈਂ ਸਮਝਿਆ ਨਹੀਂ ਤੁਸੀਂ ਮੈਨੂੰ ਵਿਸਤਾਰ ਦੇ ਨਾਲ ਸਮਝਾਓ ਸੰਤ ਜੀ ਕਹਿੰਦੇ ਪਹਿਲੀ ਇੱਟ ਜੋ ਰਾਜ ਰੱਖੀ ਸੀ ਆਪਣੇ ਸਿਰ ਤੇ ਪਹਿਲੀ ਇੱਟ ਦਾ ਭਾਰ ਹੈ ਲੋਕ ਕੀ ਕਹਿਣਗੇ ਇਹ ਇਟ ਹਰ ਕਿਸੇ ਨੂੰ ਆਪਣੇ ਘਰ ਤੋਂ ਬਾਹਰ ਸੇਟ ਦੇਣੀ ਚਾਹੀਦੀ ਏ ਇਸ ਚੀਜ਼ ਨੂੰ ਆਪਣੇ ਮਨ ਅਤੇ ਘਰ ਦੇ ਵਿੱਚ ਥਾਂ ਨਾ ਤਵੋ ਆਪਣੇ ਘਰ ਦਾ ਜੇ ਕੋਈ ਬਜ਼ੁਰਗ ਪੂਰਾ ਹੋ ਜੇ ਜਾਂ ਆਪਣੇ ਘਰ ਕੋਈ ਵਿਆਹ ਹੋਵੇ ਆਪਾਂ ਬੇਮਤਲਬ ਤਾਂ ਇੰਨਾ ਪੈਸਾ ਖਰਚ ਕਰ ਦਿੰਨੇ ਕਾਦੇ ਲਈ ਲੋਕ ਕੀ ਕਹਿਣਗੇ ਇਥੋਂ ਤੱਕ ਕਿ ਆਪਣੀਆਂ ਅੱਡੀਆਂ ਚੁੱਕ ਕੇ ਕਰਜ਼ਾ ਚੁੱਕ ਕੇ ਫਿਰ ਵੀ ਆਪਾਂ ਟੰਗ ਕਰਦੇ ਆਂ ਵੇ ਲੋਕ ਕੀ ਕਹਿਣਗੇ ਕਰਜ ਚੁੱਕ ਆਪਾਂ ਜਦੋਂ ਵਿਆਹ ਕਰਦੇ ਆਂ ਵੀ ਆਪਾਂ ਕਹਿੰਨੇ ਆਂ ਨਾ ਜੀ ਨੱਕ ਨਾ ਵੱਡਿਆ ਜਾਏ ਇਹ ਆਪਾਂ ਜੋ ਕਰਦੇ ਆ ਇਹ ਲੋਕ ਕੀ ਕਹਿਣਗੇ ਬਸ ਇਸੇ ਲਈ ਇੱਕ ਬੜਾ ਚੰਗਾ ਨਾ ਮਨੁੱਖ ਸੀ ਹਰ ਥਾਂ ਨਾ ਸਾਫ਼ ਸੁਥਰਾ ਉਹਨੇ ਆਪਣਾ ਪਿੰਡ ਰੱਖਿਆ ਕਰਨਾ ਨਾਲੀ ਚ ਵੀ ਕੂੜਾ ਹੋਇਆ ਕਰਨਾ ਤੇ ਉਹਨੇ ਮਾਂਜਾ ਲੈ ਕੇ ਸਾਫ਼ ਕਰ ਦਿਆ ਕਰਨਾ ਉਹਨੇ ਹਰ ਪਾਸੇ ਸਫਾਈ ਦਾ ਬੜਾ ਧਿਆਨ ਰੱਖਿਆ ਕਰਨਾ ਕਿੰਨੇ ਪਿੰਡ ਦੇ ਲੋਕਾਂ ਨੇ ਨਾ ਮਿਲ ਕੇ ਤੇ ਉਹਨੂੰ ਸਰਪੰਚ ਬਣਾ ਦਿੱਤਾ। ਹੁਣ ਜਦੋਂ ਸਰਪੰਚ ਬਣ ਗਿਆ ਉਹ ਸੋਚਦਾ ਮੈਂ ਐਵੇਂ ਜਿਹੜਾ ਆ ਕੰਮ ਕਰਦਾ ਸੀ ਵੀ ਨਾਲੀਆਂ ਸਾਫ਼ ਕਰਦਾ ਐਵੇਂ ਕੂੜਾ ਚੁੱਕ ਦਿੰਦਾ ਸੀ ਹੁਣ ਇਹ ਕੀਤਾ ਤੇ ਲੋਕ ਕੀ ਕਹਿਣਗੇ? ਇਸ ਚੱਕਰ 'ਚ ਉਹਨੇ ਭਲਾਈ ਦਾ ਕੰਮ ਕਰਨਾ ਹੀ ਬੰਦ ਕਰ ਦਿੱਤਾ ਵੀ ਲੋਕ ਕੀ ਕਹਿਣਗੇ? ਆਪਾਂ ਸਿਰਫ ਲੋਕਾਂ ਦੀ ਵੇਖੋ ਵੇਖੇ ਲਈ ਵੀ ਲੋਕ ਕੀ ਕਹਿਣਗੇ? ਕਈ ਐਵੇਂ ਦੇ ਕੰਮ ਕਰ ਦਿੰਦੇ ਆ ਜੋ ਸਿਰਫ ਤੇ ਸਿਰਫ ਆਪਾਂ ਨੂੰ ਦੁੱਖ ਹੀ ਦਿੰਦੇ ਨੇ। ਗੁਰੂ ਅਮਰਦਾਸ ਜੀ ਨੇ 12 ਸਾਲ ਕੁੜਮਾ ਦੇ ਘਰ ਗਾਗਰ ਦੀ ਸੇਵਾ ਕੀਤੀ। ਲੋਕ ਮਿਹਨੇ ਮਾਰਦੇ ਸੀ ਵੀ ਦੋ ਰੋਟੀਆਂ ਲਈ ਕੁੜਮਾ ਦੇ ਘਰ ਬੈਠਾ। ਗੁਰੂ ਜੀ ਨੇ ਲੋਕਾਂ ਦੀ लाज ਤਿਆਗ ਦਿੱਤੀ। ਲੋਕ ਕੀ ਕਹਿਣਗੇ ਇਹ ਪਿੱਛੇ ਛੱਡ ਦਿੱਤਾ। ਭਾਵੇਂ ਜਿੰਨਾ ਚਿਰ ਇਹ ਇੱਟ ਦਾ ਭਾਰ ਵੀ ਲੋਕ ਕੀ ਕਹਿਣਗੇ ਬਾਹਰ ਨਹੀਂ ਛੱਡ ਤੇ ਉਹਨਾਂ ਸਮਾਂ ਆਪਾਂ ਕਦੇ ਵੀ ਸੁਖੀ ਨਹੀਂ ਰਹਿ ਸਕਦੇ। ਆਪਾਂ ਅੱਗੇ ਨਹੀਂ ਵੱਧ ਸਕਦੇ। ਆਪਾਂ ਪਰਮਾਤਮਾ ਨੂੰ ਨਹੀਂ ਮਿਲ ਸਕਦੇ। ਅਪਾ ਸੁਖੀ ਨਹੀਂ ਰਹਿ ਸਕਦੇ ਤੁਸੀਂ ਸੁਖੀ ਹੋ ਜਾਓਗੇ ਜੇਕਰ ਤੁਸੀਂ ਇੰਨਾ ਕੁ ਕੰਮ ਕਰ ਲਿਆ ਇਹ ਇੱਟੇ ਚੁੱਕ ਕੇ ਆਪਣੇ ਬਾਹਰ ਰੱਖ ਦੋ ਦੂਜਾ ਭਾਰ ਹੈ ਚਿੰਤਾ ਦਾ ਪਵੇਖਦਾ ਮੇਰੇ ਜਵਾਕਾਂ ਦਾ ਪਤਾ ਨਹੀਂ ਕੀ ਹੋਵੇਗਾ ਮੈਂ ਇਹ ਕੰਮ ਨਾ ਕੀਤਾ ਤਾਂ ਪਤਾ ਨਹੀਂ ਮੇਰਾ ਕੀ ਹੋਏਗਾ ਜੇ ਇਹ ਕੰਮ ਪਹਿਲਾਂ ਕਰ ਲਿਆ ਹੁੰਦਾ ਤਾਂ ਜਵਾਕਾਂ ਦੀ ਜ਼ਿੰਦਗੀ ਸੌਰ ਜਾਣੀ ਸੀ ਬਸ ਇਹ ਜੇ ਨਾ ਕੀਤਾ ਹੁੰਦਾ ਨਾ ਤਾਂ ਬਸ ਫਿਰ ਸਾਰਾ ਕੁਝ ਸੁੱਖਾ ਹੋ ਜਣਾ ਸੀ ਜੇ ਇਹ ਜੇ ਇਹ ਨਾ ਇਹੀ ਮਨੁੱਖ ਨੂੰ ਜਿਉਉਣ ਨਹੀਂ ਦਿੰਦੀ ਅ ਜਮੀਨ ਦਾ ਕਿਲਾ ਪਹਿਲਾਂ ਲੈ ਲੈਂਦੇ ਨਾ ਅਜ ਸਾਹੂਕਾਰ ਹੋ ਜਾਣਾ ਸੀ ਆਪਾਂ ਜਦੋਂ ਗੁਰਬਾਣੀ ਪੜਦੇ ਵਿੱਚ ਆਉਂਦਾ ਨਾ ਨਾਨਕ ਚਿੰਤਾ ਮਤ ਕਰੇ ਚਿੰਤਾ ਤਿਸਾ ਹੋਏ ਉਹ ਪਰਮਾਤਮਾ ਆਪਣੇ ਤੇ ਜੇ ਮੇਰ ਕਰੇ ਨਾ ਤਾਂ ਰੋਜ ਦੀ 300 ਦੀ ਦਿਹਾੜੀ ਕਰਕੇ ਕਮਾਉਣ ਵਾਲਾ ਵੀ 300 ਕਰੋੜ ਕਮਾ ਸਕਦਾ ਜੇ ਉਹ ਦੇਣ ਤੇ ਆਵੇ ਤੇ ਸਭ ਕੁਝ ਦੇ ਸਕਦਾ ਤੇ ਜੇ ਤੇਰੇ ਕਰਮ ਮਾੜੇ ਨੇ ਤੇ ਸਾਰਾ ਕੁਝ ਖੋ ਵੀ ਸਕਦਾ ਹੈ ਇਸ ਲਈ ਚਿੰਤਾ ਦਾ ਭਾਰ ਆਜੀ ਆਪਣੇ ਘਰ ਤੋਂ ਬਾਹਰ ਸੇਟ ਦੋ ਅੱਜ ਵਿੱਚ ਜਿੰਨਾ ਆਪਾਂ ਜੀਣਾ ਸਿੱਖ ਲਵਾਂਗੇ ਨਾ ਭਵਿਕਾ ਆਪਣਾ ਓਨਾ ਹੀ ਸੋਨਾ ਹੋ ਜਾਏਗਾ ਜੋ ਅੱਜ ਨੂੰ ਸੰਵਾਰਦਾ ਹੈ ਉਹਦਾ ਭਵਿਕ ਬਹੁਤ ਸੋਨਾ ਹੋ ਜਾਂਦਾ ਹੈ ਅੱਜ ਵਿੱਚ ਜਿਉਣਾ ਸਿੱਖੋ ਜੋ ਪਿੱਛੇ ਬੀਤ ਗਿਆ ਉਹਨੂੰ ਛੱਡ ਦੋ ਜੋ ਅੱਗੇ ਆਉਣਾ ਹੈ ਉਹਨੂੰ ਵੀ ਛੱਡ ਦੋ ਅੱਜ ਵਿੱਚ ਮਿਹਨਤ ਕਰੋ ਬੀਤਿਆ ਕੱਲ ਵੀ ਸੋਨਾ ਹੋਏਗਾ ਤੇ ਆਉਣ ਵਾਲਾ ਪਵੇਖਵੀ ਤੀਜੀ ਇੱਟ ਪਤਾ ਕਾਦੀ ਉਹ ਹੈ ਹੰਕਾਰ ਦੀ ਆਪਾ ਆਪਣੇ ਘਰਾਂ ਵਿੱਚ ਦੇਖਿਆ ਮੈਂ ਤਾਂ ਸਭ ਜਾਣਦਾ ਮੈਂ ਬੜਾ ਸਿਆਣਾ ਤੈਨੂੰ ਸਵਾਹ ਪਤਾ ਹੈ ਮੇਰੇ ਕੋਲ ਬੜਾ ਗਿਆਨ ਹੈ ਯਾ ਕਈਆਂ ਨੂੰ ਹੁੰਦਾ ਹੈ ਮੇਰੇ ਕੋਲ ਬੜਾ ਪੈਸਾ ਤੇਰੇ ਕੋਲ ਕੀ ਕਈ ਆਖਣਗੇ ਮੇਰਾ ਘਰ ਤੇ ਬੜਾ ਵੱਡਾ ਤੁਹਾਡਾ ਘਰ ਛੋਟਾ ਐਵੇਂ ਦੀ ਗੱਲਾਂ ਵਿੱਚ ਹੋਂਮੀ ਪਰੀ ਹੁੰਦੀ ਹੈ ਜਿਸ ਦਿਨ ਤੁਸੀਂ ਇਹ ਹੰਕਾਰ ਨੂੰ ਤਿਆਗ ਦਿੱਤਾ ਨਾ ਤੁਹਾ ਨੂੰ ਅੱਜ ਜੋ ਹੈ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ ਜਿਸ ਦਿਨ ਇਹ ਮੈਂ ਵਾਲੀ ਇੱਟ ਸੇਠ ਦਿੱਤੀ ਸੀ ਨਾ ਘਰ ਸੁਖਾ ਨਾਲ ਪਰਚ ਜਾਵੇਗਾ ਹੁਣ ਇਹ ਆਪਾਂ ਤੈਅ ਕਰਨਾ ਹੈ ਵੀ ਇਹ ਤਿੰਨ ਇੱਟਾਂ ਕਿਸ ਦਿਨ ਤੇ ਕਦੋਂ ਆਪਣੇ ਘਰੋਂ ਬਾਹਰ ਵਗਾਉਣੀਆਂ ਜਿਸ ਨੇ ਇਹ ਤਿੰਨ ਇੱਟਾਂ ਦਾ ਭਾਰ ਚੁੱਕ ਕੇ ਆਪਣੇ ਕੋਲ ਰੱਖਿਆ ਉਹ ਨਾ ਤਾਂ ਅੱਗੇ ਵਧ ਸਕਦਾ ਤੇ ਨਾ ਖੁਸ਼ ਰਹਿ ਸਕਦਾ ਤੇ ਨਾ ਰੱਬ ਦੇ ਦਰਸ਼ਨ ਕਰ ਸਕਦਾ ਰੱਬ ਦੇ ਦਰਸ਼ਨ ਕਰਨੇ ਆ ਸੁੱਖ ਚਾਹੀਦਾ ਤੇ ਤਿੰਨ ਇੱਟਾਂ ਨੂੰ ਅੱਜ ਹੀ ਬਾਹਰ ਸੇਠ ਪਰਮਾਤਮਾ ਤੁਹਾਡੇ ਤੇ ਜ਼ਰੂਰ ਮੇਰ ਕਰਨਗੇ ਤੇ ਹਰ ਥਾਂ ਉਹ ਮੇਰ ਤੁਹਾਨੂੰ ਸੰਗਤ ਜੀ ਅੱਜ ਦੀ ਵੀਡੀਓ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇਹ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਜੀ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਓ ਜੀ ਅਤੇ ਆਪਣੀ ਰਚਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਚਨਾ ਨੂੰ ਪਵਿੱਤਰ ਕਰੋ ਜਿਸ ਦਾ ਤੁਸੀਂ ਭਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ